ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖਦੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਮਸ਼ਹੂਰ ਪੰਜਾਬੀ ਸਿੰਗਰ ਮੂਸੇ ਵਾਲੇ ਵੱਲੋਂ ਪੰਜਾਬੀ ਗਾਇਕ ਦੇ ਲਿਰਿਕਸ ਚੋਰੀ ਕਰ ਫੇਕ ਵਿਊਜ਼ ਕਰਵਾਉਣ ਦੇ ਇਲਜ਼ਾਮ ਲਾਏ ਸਨ, ਜਿਸ ਤੋਂ ਕੁਝ ਦਿਨ ਬਾਅਦ ਮੂਸੇ ਵਾਲੇ ਦੇ ਇੱਕ ਲੜਕੀ ਨਾਲ ਵਿਆਹ ਦੀਆਂ ਕੁਝ ਫੋਟੋਆਂ ਅਤੇ ਮੈਰਿਜ ਸਰਟੀਫਿਕੇਟ ਵੀ ਵਾਇਰਲ ਹੋ ਗਏ। ਪਿਛਲੇ ਦਿਨੀ ਇਹਨਾਂ ਦਾ ਜਵਾਬ ਦਿੰਦਿਆਂ ਮੂਸੇ ਵਾਲੇ ਨੇ ਕਿਹਾ ਕਿ ਉਸਨੂੰ ਪਤਾ ਹੈ ਉਸਦੀਆਂ ਇਹ ਫੋਟੋਆਂ ਕਿਸਨੇ ਲੀਕ ਕਰਵਾਈਆਂ ਹਨ। ਦੇਖਦੇ ਹਾਂ ਪੂਰੀ ਵੀਡੀਓ। ਮੈਂ ਨਾ ਮੈਡਮ ਨਾਲ ਸ਼ੋਅ ਤੇ ਕੁਝ ਬੋਲਿਆ ਸੀ ਵੀ ਗਾਣੇ ਕਾਪੀ ਹੁੰਦੇ ਆ, ਸਾਰੇ ਮੇਰੇ ਦੀ ਸਕੀਮ ਲਾਉਣ ਲੱਗ ਗਏ, ਫੋਟੋਆਂ ਕੱਢਣ ਲੱਗ ਗਏ। ਦੱਸ ਅੱਜ ਕੱਲ੍ਹ ਲੋਕ ਕਹਿੰਦੇ ਜਿਹਦੀ ਬਰਾਬਰੀ ਨਾ ਹੋਵੇ ਨਾ ਉਹਦੀ ਬਦਨਾਮੀ ਕਰਨੀ ਸ਼ੁਰੂ ਕਰ ਦਿਓ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਪ੍ਰਾਹੁਣਾ ਬਦਨਾਮੀ ਨਾਲ ਵੀ ਨਹੀਂ ਲੋਟਾਉਣਾ। ਜੇ ਅੱਜ ਇੰਨੇ ਮੁੰਡੇ ਇੰਨੇ ਮੇਰੇ ਭਰਾ ਤੇ ਮੇਰੀਆਂ ਭੈਣਾਂ ਮੈਨੂੰ ਦੇਖਣਾ ਹੈ ਨਾ, ਮੇਰੀ ਕਲਮ ਕਰਕੇ ਦੇਖਣਾ ਹੈ, ਕਰੈਕਟਰ ਕਰਕੇ ਨਹੀਂ ਦੇਖਣਾ ਹੈ। ਕੋਈ ਪਰਵਾਹ ਨਹੀਂ। ਇਹ ਜਿਹੜੀਆਂ ਹਵਾ ਦੇ ਧੱਫੇ, ਜਿਹੜਾ ਖੌਫ ਹੁੰਦਾ ਨਾ ਟਾਣੀਆਂ ਨੂੰ ਹੁੰਦਾ, ਪਹਾੜਾਂ ਨੂੰ ਨਹੀਂ ਹੁੰਦਾ। ਅਤੇ ਖਾਸ ਖਾਸ ਕਰਕੇ ਉਹ ਪਹਾੜ ਨੂੰ ਤਾਂ ਜਮੀ ਨਹੀਂ ਜਿਹਨਾਂ ਨੂੰ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਬਣਾਇਆ ਹੋਵੇ। ਇਹ ਦਿਮਾਗ ਨਾਲ ਚੀਜ਼ਾਂ ਸੋਚਿਆ ਕਰੋ ਮੇਰਾ ਵੀਰ, ਵੀ ਕਿਸੇ ਦੇ ਖਿਲਾਫ ਕੋਈ ਬੋਲ ਰਿਹਾ ਤਾਂ ਕਦੋਂ ਬੋਲ ਰਿਹਾ, ਕਿੱਧਰੋਂ ਚੀਜ਼ ਹੋ ਰਹੀ ਹੈ। ਉਧਰ ਸ਼ੋਅ ਤੇ ਬੋਲਿਆ, ਉਦੋਂ ਬਾਅਦ ਜੀ ਸਿੱਧੂ ਦਾ ਅਫਗਾਨਾ ਹੋ ਗਿਆ ਜੀ, ਸਿੱਧੂ ਦਾ ਧਮਕਾ ਹੋ ਗਿਆ ਵੀ ਤੁਸੀਂ ਸੰਗ ਨਾ ਪਾਉਣਾ। ਨਾਲੇ ਜਿੱਦਣ ਕੁਛ ਇਹੋ ਜਿਹਾ ਹੋਇਆ ਨਾ, ਆਹ ਤਿੰਨ ਚਾਰ ਇੰਸਟਾਗ੍ਰਾਮ ਵਾਲੇ ਜਿਹਨਾਂ ਨੂੰ ਬੜਾ ਫਿਕਰ ਹੈ ਮੇਰੇ ਵਿਆਹ ਦੇ, ਇਹਨਾਂ ਨੂੰ ਤਾਂ ਕਾਰ ਸਪੈਸ਼ਲ ਭੇਜੂ। ਵਿਆਹ ਲਓ ਅੱਜ ਹੈਗਾ ਜੋ ਨਿੱਕੇ ਪ੍ਰਾਹੁਣੇ ਨੂੰ ਸਾਗਨ ਜ਼ਰੂਰ ਪਾ ਕੇ ਦਿਓ। ਹੁਣ ਮੈਂ ਇੱਕ ਗੱਲ ਦੱਸਦਾ, ਇਹ ਕੱਲ੍ਹ ਨੂੰ ਬਹੁਤ ਕੁਛ ਕਹਿਣਗੇ, ਸਿੱਧੂ ਭਾਜੀ ਨਸ਼ੇ ਕਰਦਾ, ਸਿੱਧੂ ਭਾਜੀ ਕੁੜੀ ਨਾਲ ਤੁਰਿਆ ਫਿਰਦਾ, ਸਿੱਧੂ ਤਾਂ ਫਲਾਣਾ ਕਰਦਾ, ਸਿੱਧੂ ਤਾਂ ਐਂ ਕਰੂਗਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ ਜਿਸ ਪੰਜਾਬੀ ਸਿੰਗਰ ਵੱਲ ਸਿੱਧੂ ਮੂਸੇ ਵਾਲਾ ਇਸ਼ਾਰਾ ਕਰ ਰਿਹਾ ਹੈ। ਸੱਚਮੁੱਚ ਉਸੇ ਸਿੰਗਰ ਨੇ ਹੀ ਉਸਦੀਆਂ ਵਿਆਹ ਵਾਲੀਆਂ ਤਸਵੀਰਾਂ ਲੀਕ ਕਰਵਾਈਆਂ ਹੋਣਗੀਆਂ ਜਾਂ ਨਹੀਂ? ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।